ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 27 ਮਾਰਚ 2018 ਨੂੰ ਇੰਗਲੈਂਡ ਦੀ ਧਰਤੀ ਦੇ ਉੱਤੇ ਜੋ ਇਤਿਹਾਸ ਰਚਿਆ ਜਾ ਰਿਹਾ, ਦਸਤਾਰ ਦਿਵਸ ਟਰਬਨ ਡੇ UK ਦੀ ਪਾਰਲੀਮੈਂਟ ਦੇ ਅੰਦਰ ਮਨਾਇਆ ਜਾ ਰਿਹਾ। ਇਹ ਜੋ ਅੱਜ ਟਰਬਨ ਡੇ ਮਨਾਇਆ ਜਾ ਰਿਹਾ, ਇਨ ਰਿਸਪੋਂਸ ਟੂ ਵੀਰ ਜੀ ਦੀ ਟਰਬਨ ਦੇ ਉੱਤੇ ਜੋ ਅਟੈਕ ਹੋਇਆ ਸੀ 21 ਫਰਵਰੀ ਨੂੰ, ਉਹਦੇ ਰਿਸਪੋਂਸ ਦੇ ਵਿੱਚ ਅੱਜ ਮਨਾਇਆ ਜਾ ਰਿਹਾ। ਸੋ ਮੈਂ ਇਹ ਸਮਝਦਾ ਕਿ ਬ੍ਰਿਟਿਸ਼ਰਸ ਨੇ ਜੋ ਇਹ ਪਹਿਲਕਦਮੀ ਦਿਖਾਈ ਹੈ ਕਿ ਉਹ ਸਿੱਖ ਕਮਿਊਨਿਟੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੈ, ਇਹ ਉਹਨਾਂ ਨੇ ਦਿਖਾਇਆ ਕਿ ਹਾਂ, ਇਹ ਉਹੀ ਸਿੱਖ ਨੇ ਜਿਹੜੇ 80,000 ਦਸਤਾਰਧਾਰੀ ਸਿੱਖਾਂ ਨੇ ਸਾਡੇ ਦੇਸ਼ ਲਈ ਕੁਰਬਾਨੀ ਦਿੱਤੀ ਸੀ। ਇਟਸ ਅ ਵੈਰੀ ਪ੍ਰਿਵਿਲੇਜ ਮੂਵਮੈਂਟ ਫੋਰ ਆਲ ਆਫ ਅਸ, ਸਾਰੀ ਨਾਮ ਲੇਵਾ ਸੰਗਤ ਵਾਸਤੇ ਬੜਾ ਵਡਭਾਗਾ ਦਿਨ ਹੈ ਦੈਟ ਟੂਡੇ ਦ MPs ਇਨ ਦ ਪਾਰਲੀਮੈਂਟ ਵਿਲ ਬੀ ਟਾਈਂਗ ਟਰਬਨ, ਐਂਡ ਦਿਸ ਗਿਵਸ ਅਸ ਐਨੋਰਮਸ ਓਪਰਚੁਨਿਟੀ ਟੂ ਹਾਈਲਾਈਟ ਟਰਬਨ ਐਂਡ ਸਿੱਖੀ। ਸੋ ਇਫ ਯੂ ਲਵ ਸਿੱਖੀ, ਬੀ ਦੇਅਰ, ਇੰਸਪਾਇਰ ਆਲ ਪੀਪਲ, ਸਿੱਖਿਜ਼ਮ ਐਂਡ ਕਾਈਂਡਨੈਸ ਆਰ ਟੂਗੈਦਰ, ਆਵਰ ਟਰਬਨ ਵੁੱਡ ਬੀ ਰਿਕੋਗਨਾਈਜ਼ਡ ਫੋਰ ਹੋਪ, ਫੋਰ ਜਸਟਿਸ, ਫੋਰ ਇਕੁਐਲਿਟੀ ਐਂਡ ਫੋਰ ਐਨੀਥਿੰਗ ਗੁੱਡ। So today is the moment, is the opportunity to highlight the turban as hope. So this is what the world needs, this is what the world would understand, and this is what the world will embrace. So aj saryan nu jehda mauka ke apne aap nu te apni aun wali generations nu edda se taiyar kariye ke saadi dastar nu jehda vi dekhe te samjhe ha itthe justice hai, itthe sanu hope milegi, itthe sanu equality milegi, ਇੱਥੇ ਸਾਨੂੰ ਫੂਡ ਮਿਲੇਗਾ, ਇੱਥੇ ਸਾਨੂੰ ਜਿਹੜੀ ਹੈ ਵੁਮੈਨ ਨੂੰ ਜਿਹੜੀ ਹੈ ਚੰਗੀ ਇੱਥੇ ਜੈਂਡਰ ਇਕੁਐਲਿਟੀ ਮਿਲੇਗੀ। ਸੋ ਇੱਦਾਂ ਜਿਹੜੀ ਹੰਗਰ ਦੇ ਵਾਸਤੇ, ਸੋ ਪਲੈਨਟ ਦੀ ਪ੍ਰਜ਼ਰਵੇਸ਼ਨ ਵਾਸਤੇ ਅਤੇ ਐਜੂਕੇਸ਼ਨ ਵਾਸਤੇ ਸਾਡੀ ਦਸਤਾਰ ਅਤੇ ਸਾਡੀ ਪਹਿਚਾਣ ਜਾਣੀ ਜਾਵੇ, ਇਹੀ ਮੌਕਾ 27 ਤਰੀਕ ਨੂੰ ਇਹ ਹਿਸਟਰੀ ਨੂੰ ਸ਼ੇਪ ਅਪ ਕਰਨ ਦਾ। ਆਓ ਸਾਰੇ ਇਕਜੁੱਟ ਹੋ ਕੇ ਟਰਬਨ ਡੇ ਦੇ ਵਿੱਚ UK ਦੀ ਜਿਹੜੀ ਪਾਰਲੀਮੈਂਟ ਦੇ ਵਿੱਚ ਹਿੱਸਾ ਪਾਈਏ। ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਸਤਿੰਦਰ ਸਰਤਾਜ, ਅਤੇ ਹਾਊਸ ਆਫ ਪਾਰਲੀਮੈਂਟ ਦੇ ਵਿੱਚ ਦਸਤਾਰ ਅਵੇਅਰਨੈਸ ਦੇ ਲਈ ਇੱਕ ਦੋਸਤ ਮਨਾਇਆ ਜਾ ਰਿਹਾ। ਤੁਹਾਨੂੰ ਸਾਰਿਆਂ ਨੂੰ, ਸਮੁੱਚੇ ਪੰਜਾਬੀਆਂ ਨੂੰ ਇੱਥੇ ਵਸਦੇ ਬਰਤਾਨਵੀ ਦੇ ਵਿੱਚ, ਬਰਤਾਨਵੀ ਸਰਜ਼ਮੀਨ ਦੇ ਵਸਦੇ ਪੰਜਾਬੀਆਂ ਨੂੰ ਤਾਕੀਦ ਕਰਦੇ ਹਾਂ ਕਿ ਹਮਾ ਕੇ ਉਹਦਾ ਹਿੱਸਾ ਬਣੋ, ਉਹਦੇ 'ਚ ਸ਼ਾਮਿਲ ਹੋਵੋ। ਚੜ੍ਹਦੀ ਕਲਾ, ਰੱਬ ਰੱਖਾ। I'm really delighted that the Sikh Channel are taking action against hate. As you know, there was an incident here in Parliament against the Sardar. No one should have to endure any type of hate towards them just because of the way that they look, their faith or their religious belief or their gender and all of the other characteristics as we know it.